अस्सलामु अलैकुम, सत श्री अकाल, प्रणाम। मैं हाँ अब्दुल खालिक चौधरी, तुहाडा होस्ट। पंजाब रंग दी टीम अज जा रही है जी पिंड 39 गाहबे कठोर, जिहड़ा के सत्याने बंगले दे बिल्कुल नाल वाकया। इस पिंड दी तहसील जड़ा वाला, जिला लैलपुर। मेरे नाल मेरे बहुत ही प्यारे दोस्त मलक अशफाक साहब ते मियां मोहम्मद अली साहब भी मेरे नाल जा रहे हैं। मलक अशफाक साहब के बारे तुहानू दस दिया चला। मलक अशफाक साहब पंजाबी दे उर्दू दे बहुत वड्डे लिखाड़ी ने। हुण तक इन्हां दियां 106 किताबां जिहड़ियां मार्केट दे विच आ चुकियां। उस तों अलावा साडे नाल सुभान अहमद खान, ओह वी साडे नाल टीम दे मैंबर ने, ओह वी जा रहे आ पिंड 39 गाहबे कठोर, तहसील जड़ांवाला, जिला फैसलाबाद। पिंड 39 गाहबे दे बारे थोड़ा जिहा तुहानूं दस दिया चलां। पिंड 39 दे आले दुआले पिंडां दे विच 35 गाहबे, 36 गाहबे, 37 गाहबे, 40 गाहबे, 39 गाहबे वाकिया ने। ये पिंड जिहड़ा वा ये सत्याने बंगले दे बिल्कुल नाल वाकया, बिल्कुल नाल, यानी सत्याना जिहड़ा बंगला वा वो इस पिंड दी हदूद दे विच ही आ। ते आओ फिर चलने आ पिंड 39 गाहबे। उत्थे असीं तुहानू एक बाबा जी करीमुल्ला साहब नाल मिलावांगे, और उन्हां नाल 1947 दी वंड दे हवाले नाल गलबात करांगे। उन्हां नूं पुछांगे कि 1947 वेले ओह कित्थों उठ के ते लहिंदे पंजाब 39 गाहबे आ के बैठे, ते उन्हां दा इह सफर किस तरह दा रिहा। इह सारियां गल्लां करन वास्ते असीं अज पिंड 39 गाहबे जा रहे हां। उदे नाल नाल तुहानू थोड़ा जिहा दसदा जावां कि असीं तुहानू उत्थे बाबा जी नाल भी मिलावांगे, ते नाल नाल पिंड 39 गाहबे कठोर दियां गलियां ते बाजार ओह वी तुहानू विखावांगे। नाल नाल मैं तुहानू इह वी दसदा जावां, असीं बड़ी कोशिश कीती पंजाब रंग दी टीम ने कि जिहड़े लोग 1947 तों पहले इस पिंड दे विच रहिंदे सी उहनां दे बारे कोई इनफॉर्मेशन हासिल कीती जावे भी उह कौन लोग सी ते हुण उह कित्थे जा के बैठे आ। इस बारे सानू कोई खास इनफॉर्मेशन हासिल नहीं हो सकी। उहदी वजह इह कि पिंड दे विच ऐसा कोई बजुर्ग सानू नहीं मिलिया जिहड़ा 1947 तों पहले इस पिंड दा बशिंदा होवे।
ਇਸ ਵਜ੍ਹਾ ਤੋਂ ਅਸੀਂ ਜਿਹੜੇ ਲੋਕ ਸਿੱਖ ਸਰਦਾਰ ਜਾਂ ਹਿੰਦੂ ਲੋਕ ਇਸ ਪਿੰਡ 'ਚੋਂ ਉੱਠ ਕੇ ਗਏ ਆ ਉਹਨਾਂ ਦੇ ਬਾਰੇ ਜ਼ਿਆਦਾ ਮਲੂਮਾਤ ਤੁਹਾਨੂੰ ਨਹੀਂ ਦੇ ਸਕਾਂਗੇ। ਲਓ ਜੀ, ਅਸੀਂ ਸਤਿਆਨੇ ਬੰਗਲੇ ਪਿੰਡ 49 ਘਾਬੇ ਪਹੁੰਚ ਗਏ ਹਾਂ। ਆਓ ਤੁਹਾਨੂੰ ਇਸ ਪਿੰਡ ਦੀਆਂ ਗਲੀਆਂ ਅਤੇ ਬਾਜ਼ਾਰ ਵਿਖਾਈਏ ਅਤੇ ਬਾਅਦ ਦੇ ਵਿੱਚ ਅਸੀਂ ਬਾਬਾ ਜੀ ਨਾਲ ਤੁਹਾਨੂੰ ਮਿਲਾਈਏ। ਹਾਂਜੀ, ਥੋੜ੍ਹਾ ਜਿਹਾ ਤੁਹਾਨੂੰ ਮੈਂ ਇਹ ਦੱਸਦਾ ਚੱਲਾਂ ਇਸ ਪਿੰਡ ਦੇ ਬਾਰੇ ਕਿ ਹੁਣ ਇਸ ਪਿੰਡ ਦੇ ਵਿੱਚ 1947 ਤੋਂ ਬਾਅਦ ਜਿਹੜੀਆਂ ਬਰਾਦਰੀਆਂ ਆਣ ਕੇ ਬੈਠੀਆਂ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਰਾਜਪੂਤ ਬਰਾਦਰੀ ਆ ਜਿਹੜੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਖੈਰ ਦੀ ਕੇ ਤੋਂ ਆਣ ਕੇ ਇਸ ਪਿੰਡ 'ਚ ਬੈਠੀ ਆ। ਕੁਛ ਲੋਕ ਰਾਜਪੂਤ ਬਰਾਦਰੀ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਣ ਕੇ ਵੀ ਇਸ ਪਿੰਡ ਦੇ ਵਿੱਚ ਬੈਠੇ ਆ। ਮਲਕ ਬਰਾਦਰੀ ਉਹ ਵੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਖੈਰਦੀਕੇ 'ਚੋਂ ਆ ਕੇ ਇਸ ਪਿੰਡ ਦੇ ਵਿੱਚ ਬੈਠੇ ਆ। ਅਰਾਈ ਬਰਾਦਰੀ ਜਿਹੜੀ ਆ ਉਹ ਜ਼ਿਲ੍ਹਾ ਜਲੰਧਰ ਦੇ ਪਿੰਡ ਕਾਲਰੂ 'ਚੋਂ ਆ ਕੇ ਅਤੇ ਇਸ ਪਿੰਡ ਦੇ ਵਿੱਚ ਬੈਠੀ ਆ। ਇਸ ਪਿੰਡ ਦੇ ਵਿੱਚ ਗੁੱਜਰ ਬਰਾਦਰੀ ਵੀ ਮੌਜੂਦ ਆ ਜਿਹੜੀ ਤਹਿਸੀਲ ਸ਼ਕਰਗੜ੍ਹ ਜ਼ਿਲ੍ਹਾ ਗੁਰਦਾਸਪੁਰ, ਪਹਿਲਾਂ ਗੁਰਦਾਸਪੁਰ ਸੀ ਹੁਣ ਉਹ ਸ਼ਕਰਗੜ੍ਹ ਜਿਹੜੀ ਆ ਤਹਿਸੀਲ ਉਹ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਆ, ਉੱਥੋਂ ਆਣ ਕੇ ਗੁੱਜਰ ਬਰਾਦਰੀ ਇੱਥੇ ਬੈਠੀ ਆ। ਰਹਿਮਾਨੀ ਬਰਾਦਰੀ ਜਿਨ੍ਹਾਂ ਨੂੰ ਘੁਮਾਰ ਵੀ ਕਹਿੰਦੇ ਹਾਂ ਅਸੀਂ, ਉਹ ਵੀ ਅੰਮ੍ਰਿਤਸਰ ਦੇ ਪਿੰਡ ਖੈਰਦੀਕੇ 'ਚੋਂ ਆ ਕੇ ਇਸ ਪਿੰਡ ਦੇ ਵਿੱਚ ਵੱਸੇ ਹੋਏ ਆ। ਅਨਸਾਰੀ ਬਰਾਦਰੀ ਅਤੇ ਸ਼ੇਖ ਬਰਾਦਰੀ ਜਿਹੜੀ ਆ ਇਹ ਵੀ ਇਸ ਪਿੰਡ ਦੇ ਵਿੱਚ ਮੌਜੂਦ ਆ। ਇਹ ਦੋਨੇ ਬਰਾਦਰੀਆਂ ਅੰਬਾਲੇ ਜ਼ਿਲ੍ਹੇ ਤੋਂ ਤਲਕ ਰੱਖਦੀਆਂ ਨੇ, ਅੰਬਾਲੇ ਤੋਂ ਆਈਆਂ ਨੇ। ਇਸ ਤੋਂ ਇਲਾਵਾ ਮੋਚੀ ਬਰਾਦਰੀ ਜਿਨ੍ਹਾਂ ਨੂੰ ਹੁਣ ਗਫਾਰੀ ਕਹਿੰਦੇ ਆ, ਉਹ ਵੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਖੈਰਦੀਕੇ 'ਚੋਂ ਆ ਕੇ ਅਤੇ 49 ਘਾਬੇ ਕਠੋਰ ਦੇ ਵਿੱਚ ਬੈਠੇ ਹੋਏ ਆ। ਚਲੋ ਜੀ, ਹੁਣ ਤੁਹਾਨੂੰ ਪਿੰਡ ਦੀਆਂ ਗਲੀਆਂ ਅਤੇ ਬਾਜ਼ਾਰ ਦਿਖਾਉਂਦੇ ਹਾਂ। ਇਹ ਜੀ ਪਿੰਡ 49 ਘਾਬੇ ਦਾ ਬਹੁਤ ਹੀ ਪੁਰਾਣਾ ਸਕੂਲ। ਲੈਲਪੁਰ ਜ਼ਿਲ੍ਹੇ ਦੇ ਵਿੱਚ ਸੁਣਿਆ ਕਿ 4 ਇਸ ਕਿਸਮ ਦੇ ਸਕੂਲ ਜਦੋਂ ਬਾਰ ਆਬਾਦ ਕੀਤੀ ਆ ਉਦੋਂ ਕਾਇਮ ਕੀਤੇ ਗਏ ਸੀ, ਅਤੇ ਇਹ ਸਕੂਲ ਵੀ ਉਸੇ ਟਾਈਮ ਦਾ ਜਿਹੜਾ ਸਤਿਆਣਾ
39 ਵੇ ਪਿੰਡ ਦੇ ਵਿੱਚ ਮੌਜੂਦ ਆ। ਇਹ ਜਿਹੜਾ ਤੁਹਾਨੂੰ ਦਿਖਾਇਆ ਜਾ ਰਿਹਾ ਇਹ 39 ਬੇ ਦਾ ਹਾਇਰ ਸੈਕੰਡਰੀ ਸਕੂਲ, ਯਾਨੀ 12ਵੀਂ ਤੱਕ ਹੁਣ ਇੱਥੇ ਤਾਲੀਮ ਦਿੱਤੀ ਜਾਂਦੀ ਹੈ। ਚਲੋ ਹੁਣ ਆ ਬਾਬਾ ਜੀ ਸਾਨੂੰ ਮਿਲ ਗਏ ਆ ਅਤੇ ਇਹਨਾਂ ਦੇ ਘਰ ਚੱਲਦੇ ਹਾਂ, ਇਹਨਾਂ ਨਾਲ ਮੁਲਾਕਾਤ ਕਰਦੇ ਹਾਂ ਅਤੇ ਫਿਰ ਤੁਹਾਨੂੰ 1947 ਦੀ ਇਹਨਾਂ ਦੀ ਕਹਾਣੀ ਇਹਨਾਂ ਦੀ ਜ਼ੁਬਾਨੀ ਸੁਣਾਉਂਦੇ ਹਾਂ। ਆਓ ਜੀ ਬਾਬਾ ਜੀ ਦੇ ਘਰ ਚੱਲੀਏ ਅਤੇ ਇਹਨਾਂ ਨਾਲ ਗੱਲਬਾਤ ਕਰੀਏ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ। ਪੰਜਾਬ ਰੰਗ ਟੈਲੀਵਿਜ਼ਨ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਪਿੰਡ 39 ਬੇ ਕਠੋਰ, ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਫੈਸਲਾਬਾਦ, ਜਿਹਨੂੰ ਪਹਿਲਾਂ ਲੈਲਪੁਰ ਕਹਿੰਦੇ ਸੀ। ਇਹ ਪਿੰਡ ਜਿਹੜਾ ਇਹ ਸਤਿਆਣੇ ਬੰਗਲੇ ਦੇ ਬਿਲਕੁਲ ਨਾਲ ਵਾਕਿਆ, ਇੱਥੇ ਅਸੀਂ ਅੱਜ ਆ ਬਜ਼ੁਰਗਾਂ ਕੋਲ ਪਹੁੰਚੇ ਹਾਂ। ਇਹਨਾਂ ਕੋਲੋਂ ਪੁੱਛਾਂਗੇ 1947 ਦੇ ਹਾਲਾਤ, ਇਹ ਕਿੱਥੋਂ ਦੇ ਰਹਿਣ ਵਾਲੇ ਸੀ, ਫਿਰ ਅਜਾੜੇ ਤੋਂ ਬਾਅਦ ਇਹ ਕਿਸ ਤਰ੍ਹਾਂ ਚੱਲ ਕੇ ਅਤੇ ਲਹਿੰਦੇ ਪੰਜਾਬ 'ਚ ਪਹੁੰਚੇ। ਇਹ ਸਾਰੀਆਂ ਗੱਲਾਂ ਅਸੀਂ ਬਾਬਾ ਜੀ ਕੋਲ ਪੁੱਛਦੇ ਹਾਂ ਅਤੇ ਆਓ ਇਹਨਾਂ ਕੋਲੋਂ ਗੱਲਬਾਤ ਸ਼ੁਰੂ ਕਰਨੇ ਇਹਨਾਂ ਨਾਲ। ਅਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਅਸਲਾਮ ਜੀ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਨਾਂ ਦੱਸੋ। ਮੇਰਾ ਨਾਂ ਜੀ ਕਰੀਮੁੱਲਾ। ਕਰੀਮੁੱਲਾ, ਬਾਬਾ ਜੀ ਕਰੀਮੁੱਲਾ ਸਾਹਿਬ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ? ਬਰਕਤ ਅਲੀ। ਬਰਕਤ ਅਲੀ। ਅਤੇ ਦਾਦਾ ਜੀ ਦਾ? ਦਾਦਾ ਜੀ ਦਾ ਨਾਂ ਰਾੜਾ। ਰਾੜਾ। ਬਾਬਾ ਜੀ, ਆਪਣੀ ਕੌਮ ਕਿਹੜੀ ਆ? ਮਲਕ ਤੇਲੀ। ਅੱਛਾ ਬਾਬਾ ਜੀ, ਇਸ ਟਾਈਮ ਆਪਾਂ ਕਿਹੜੇ ਪਿੰਡ 'ਚ ਬੈਠੇ ਹਾਂ? 39 ਚੱਕ। 39 ਚੱਕ। 39 ਚੱਕ ਜਿਹੜਾ ਵਾ ਇਹ ਕਿਹੜੀ ਤਹਿਸੀਲ 'ਚ ਵਾਕਿਆ, ਕਿਹੜਾ ਜ਼ਿਲ੍ਹਾ? ਤਹਿਸੀਲ ਜੜ੍ਹਾਂ ਵਾਲਾ ਜੀ, ਜ਼ਿਲ੍ਹਾ ਫੈਸਲਾਬਾਦ। ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਫੈਸਲਾਬਾਦ। ਅਤੇ 39 ਦੇ ਲਾਗੇ ਛਾਗੇ ਕੋਈ ਦੋਵਾਂ ਚੌਂ ਪਿੰਡਾਂ ਦੇ ਨਾਂ ਦੱਸੋ। 39 ਦੇ ਲਾਗੇ, ਹਾਂਜੀ, 40 ਇੱਧਰ, 37 37 ਇੱਧਰ, 35 ਜੀ, 36 ਸਤਿਆਣਾ। ਸਤਿਆਣਾ, ਹਾਂਜੀ। ਇਹ ਬਾਬਾ ਜੀ ਆਪਣੀ ਉਮਰ ਕਿੰਨੀ ਆ? ਉਮਰ ਜੀ ਮੇਰੀ ਹੁਣ ਇਸ ਵਕਤ, ਹਾਂਜੀ, 90 ਸਾਲ ਦੇ ਕਰੀਬ। 90 ਸਾਲ, ਹਾਂਜੀ। ਬਾਬਾ ਜੀ, ਇਹ ਜਦੋਂ 1947 ਦਾ ਰੌਲਾ ਪਿਆ, ਪਾਕਿਸਤਾਨ ਤੇ ਇੰਡੀਆ ਲਹਿਦਾ ਲਹਿਦਾ ਦੋ ਮੁਲਕ ਬਣੇ, ਉਦੋਂ ਆਪਾਂ ਕਿਹੜੇ ਪਿੰਡ 'ਚ ਰਹਿੰਦੇ ਸਾਂ? ਅਸੀਂ ਜੀ ਬਸੀ 'ਚ ਬੈਠੇ ਸੀ। ਬਸੀ, ਹਾਂ, ਬਸੀ ਪਠਾਣਾ। ਬਸੀ ਪਠਾਣਾ 'ਚ ਬੈਠੇ ਸੀ, ਹਾਂਜੀ। ਇਹ ਜਿਹੜੀ ਬਸੀ ਸੀ ਪਿੰਡ, ਇਹ ਕਿਹੜੇ ਕਿਹੜੀ ਤਹਿਸੀਲ ਤੇ ਜ਼ਿਲ੍ਹੇ 'ਚ ਸੀ? ਜੀ ਜ਼ਿਲ੍ਹਾ ਰਿਆਸਤ ਪਟਿਆਲਾ। ਰਿਆਸਤ ਪਟਿਆਲਾ। ਅੱਛਾ, ਇਹ ਜਿਹੜਾ ਬਸੀ ਪਿੰਡ ਸੀ, ਹਾਂਜੀ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ ਹੋਈਆਂ ਸੀ? ਬਰਾਦਰੀਆਂ ਜੀ ਮੁਸਲਮਾਨ ਤੇ ਹਿੰਦੂ ਤੇ, ਮੁਸਲਮਾਨ ਵੀ ਰਹਿੰਦੇ ਸੀ, ਹਿੰਦੂ ਰਹਿੰਦੇ ਸੀ, ਖੱਤਰੀ ਖੱਤਰੀ ਸੀ ਨਾ ਹਿੰਦੂ। ਅੱਛਾ, ਜਿਹੜੇ ਮੁਸਲਮਾਨ ਸੀ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਬਰਾਦਰੀਆਂ ਸੀ? ਉਹਨਾਂ ਦੀ ਬਰਾਦਰੀਆਂ ਕਸਾਈ ਬਹੁਤ ਸਾ ਸਾਡੇ, ਕਸਾਈ ਕਸਾਈ ਮਲਕ ਤੇਲੀ ਬਹੁਤ ਸੇ। ਅੱਛਾ, ਤੇ ਸਿੱਖ ਰਾਣੀ ਬਹੁਤ ਸੇ, ਰਾਣੀ ਜਿਮੀਦਾਰ ਤਬਕਾ, ਜਿਮੀਦਾਰ ਤਬਕਾ, ਰਾਣੀਆਂ ਦਾ ਦਾਦਾ, ਜਾਂ ਜੱਟ ਤੇ ਚੰਦ ਘਰ ਜੱਟਾਂ ਦੇ, ਲੇਕਿਨ ਮੁਸਲਮਾਨਾਂ ਦੇ, ਮੁਸਲਮਾਨ ਜੱਟ। ਹਾਂਜੀ ਹਾਂਜੀ। ਅੱਛਾ, ਤੇ ਪਿੰਡ ਦੇ ਵਿੱਚ ਮਸਜਿਦ ਹੈ ਸੀ? ਮਸਜਿਦ ਨਾ ਇੱਕ ਇੱਕ ਪਤਾ 40 ਮਸਜਿਦਾਂ ਹੋਣੀਆਂ ਮੇਰੇ ਨਾਲ ਘੱਟੋ ਘੱਟ। ਅੱਛਾ, ਤੇ ਜਿਹੜੇ ਹਿੰਦੂ ਸੀ ਉਹਨਾਂ ਦਾ ਮੰਦਰ ਵੀ ਹੋਣਾ? ਹਾਂਜੀ, ਮੰਦਰ ਸਾਹਿਬ। ਅੱਛਾ ਅੱਛਾ, ਬਾਬਾ ਜੀ ਜਿਹੜਾ ਆਪਣਾ ਪਿੰਡ ਸੀ ਜੀ, ਉਹਦੇ ਵਿੱਚ ਹਿੰਦੂ ਵੀ ਰਹਿੰਦੇ ਸੀ, ਮੁਸਲਮਾਨ ਵੀ ਰਹਿੰਦੇ ਸੀ, ਇਹਨਾਂ ਦੇ ਆਪਸ ਵਿੱਚ ਕਿਵੇਂ ਸੀ ਤਾਲੁਕਾਤ? ਜਦੋਂ ਪਾਕਿਸਤਾਨ ਨਹੀਂ ਸੀ ਬਣਿਆ, ਮੈਂ ਉਦੋਂ ਦੀ ਗੱਲ ਕਰਨਾ। ਤਾਲੁਕਾਤ ਤਕਰੀਬਨ ਸਾਰਿਆਂ ਦੇ ਅੱਛੇ ਨੇ। ਅੱਛਾ, ਇੱਕ ਦੂਜੇ ਨਾਲ ਦੁਆ ਸਲਾਮ ਹੈ ਸੀ? ਅੱਛੀ ਤੇ ਅੱਛੀ। ਅੱਛਾ, ਕੋਈ ਲੜਾਈ ਝਗੜਾ, ਕੋਈ ਮਜ਼ਹਬੀ ਫਸਾਦ? ਬਹੁਤ ਘੱਟ।
ਕਿੰਨੀਆਂ ਜਮਾਤਾਂ ਪੜ੍ਹੇ ਜੇ? ਪਿੰਡ ਦੇ ਵਿਚ ਮੇਲਾ ਸ਼ੇਲਾ ਵੀ ਲੱਗਦਾ ਹੋਣਾ? ਮੇਲੇ ਲੱਗਦੇ ਨੇ ਜੀ, ਬਹੁਤ ਲੱਗਦੇ ਨੇ। ਅੱਛਾ, ਕੀ ਸੀ ਮੇਲੇ ਦਾ ਨਾਂ? ਸਾਡੇ ਦਾ ਜੀ ਮੇਲਾ ਮੁਸਲਮਾਨਾਂ ਦਾ ਮੇਲਾ ਦਾ ਜੀ, ਮੁਜੱਦਦ ਅਲਫਸਾਨੀ ਦਾ ਰੌਜ਼ਾ ਸਾਡੇ ਨਾਲ ਦਾ। ਮੁਜੱਦਦ ਅਲਫਸਾਨੀ ਸਰਹੰਦ ਸ਼ਰੀਫ ਵਾਲਾ ਜਿਹੜਾ ਰੌਜ਼ਾ ਸੀ? ਹਾਂਜੀ ਹਾਂਜੀ, ਸਾਡੇ ਨਾਲ ਦਾ ਬਿਲਕੁਲ। ਅੱਛਾ, ਉਸੇ ਪਿੰਡ ਦੇ ਵਿੱਚ ਸੀ ਉਹ? ਨਾ, ਪਿੰਡ ਦੇ ਬਾਹਰ, ਉਹ ਬਾਹਰ ਸਾ। ਅੱਛਾ, ਤੁਸੀਂ ਵੀ ਕਦੇ ਮੇਲਾ ਵੇਖਣ ਗਏ ਜੇ? ਹਾਂਜੀ, ਮੇਲਾ ਵੇਖਣ ਗਏ ਜੇ? ਮੇਲਾ ਹਰ ਮਹੀਨੇ ਜਾਣੀ ਚਾਹੀਦਾ ਦਾ। ਅੱਛਾ, ਸਹੀ ਆ। ਯਾਨੀ ਜਦੋਂ ਪਾਕਿਸਤਾਨ ਨਹੀਂ ਸੀ ਬਣਿਆ, ਤੁਹਾਡੇ ਗੈਰ ਮੁਸਲਮਾਨ ਨਾਲ ਤਲਕਾਤ ਚੰਗੇ ਸੀ? ਹਾਂਜੀ ਹਾਂਜੀ, ਬਹੁਤ। ਤੇ ਜਿਹੜਾ ਹੈ ਸੀ ਉਹਦੇ ਲਾਗੇ ਛਾਗੇ ਕਿਹੜੇ ਕਿਹੜੇ ਪਿੰਡ, ਕੋਈ ਉੱਥੇ ਹੋਰ ਵੀ ਦੱਸੋ? ਹਾਂ, ਪਿੰਡ ਹਿੰਦੂਆਂ ਦੇ ਘਮੰਡਪੁਰਾ ਜੀ, ਬਹੇੜ ਬਹੇੜ, ਬਾਕੀ ਮੁਸਲਮਾਨਾਂ ਦੇ ਫਤਿਹਪੁਰ, ਤਲਾਣੀਆਂ, ਅੱਛਾ, ਬਹਾਦਰਗੜ੍ਹ, ਇਹ ਮੁਸਲਮਾਨਾਂ ਦੇ ਪਿੰਡ ਦੇ। ਅੱਛਾ ਅੱਛਾ, ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ, ਹੁਣ ਆਪਾਂ ਆਉਂਦੇ ਹਾਂ 1947 ਵਾਲੇ ਪਾਸੇ, ਤੁਹਾਨੂੰ ਕਿਵੇਂ ਪਤਾ ਲੱਗਾ ਕਿ ਹੁਣ ਜੀ ਦੋ ਮੁਲਕ ਬਣ ਗਏ ਆ ਤੇ ਸਾਨੂੰ ਇੱਥੋਂ ਜਾਣਾ ਪੈਣਾ? ਕਿਵੇਂ ਪਤਾ ਲੱਗਾ? ਸਾਨੂੰ ਪਤਾ ਲੱਗਾ ਜੀ, ਸਾਡੇ ਸ਼ਹਿਰ ਦੇ ਵਿੱਚ ਮੇਰਾ ਖਿਆਲ ਖੰਮੀ ਹਜ਼ਾਰਾਂ ਦੇ ਤਾਦਾਦ ਹਿੰਦੂ ਆ ਕੇ ਆਬਾਦ ਹੋ ਰਹੇ ਨੇ ਬਸੇ ਦੇ, ਜਿਹੜੇ ਉੱਧਰ ਤੇ ਕੱਢੇ ਦੇ ਪਿਸ਼ਾਵਰ ਪਿਸ਼ਾਵਰ ਤੇ ਕੱਢੇ ਦੇ ਨਾ ਜੀ, ਸਾਡੇ ਸ਼ਹਿਰ ਬਹੁਤ ਆਬਾਦ ਹੋਏ ਤੇ ਲੋਕਾਂ ਨੇ ਉਹਨਾਂ ਨੂੰ ਆਪਣੇ ਮਕਾਨ ਦਿੱਤੇ ਤੇ ਹਿੰਦੂਆਂ ਨੇ ਵੀ ਇੱਥੇ ਰਹੋ ਤੁਸੀਂ। ਯਾਨੀ ਤੁਹਾਨੂੰ ਤਾਂ ਪਤਾ ਲੱਗਾ ਵੀ ਇੱਧਰੋਂ ਲਹਿੰਦੇ ਪੰਜਾਬ ਚੋਂ ਜਿਹੜੇ ਹਿੰਦੂ ਸੀ ਉੱਧਰ ਜਾਣਾ ਸ਼ੁਰੂ ਹੋ ਗਏ? ਹਾਂ, ਜਾਣਾ ਸ਼ੁਰੂ ਹੋ ਗਿਆ। ਅੱਛਾ, ਕੋਈ ਜਿਹੜੇ ਹਿੰਦੂ ਹੈ ਸੀ ਤੁਹਾਡੇ ਉੱਥੇ, ਤੁਸੀਂ ਇੰਨਾ ਚਿਰ 20-22 ਸਾਲ ਜ਼ਿੰਦਗੀ ਗੁਜ਼ਾਰੀ, ਕੋਈ ਹਿੰਦੂਆਂ ਦੇ ਜਾਂ ਗੈਰ ਮੁਸਲਮਾਨ ਦੇ ਨਾਂ ਦੱਸੋ ਨਾ ਤੁਹਾਡੇ ਉੱਥੇ ਜਿਹੜੇ ਰਹਿੰਦੇ ਸੀ? ਸਾਡੇ ਰਹਿੰਦੇ ਸੀ ਜੀ, ਆ ਜੀ, ਆ ਸਾਡੇ ਤਾਂ ਰਹਿੰਦੇ ਸੀ ਯਾਰ ਹਿੰਦੂ, ਤਰਖਾਣ ਰਹਿੰਦੇ ਸੀ, ਚੱਲ ਘਰ ਤੇ ਤਰਖਾਣਾ। ਦੱਸੋ ਨਾ ਕਿਸੇ ਦੇ ਨਾਂ ਦੱਸੋ। ਉਹ ਇਸ ਟਾਈਮ ਤੁਸੀਂ ਇਹ ਹੀ ਸਮਝਣਾ ਤੁਸੀਂ ਉੱਥੇ ਫਿਰਦੇ ਹੋ, ਤੁਹਾਨੂੰ ਵੇਖ ਰਹੇ ਆ। ਆਹੋ, ਤਾਂ ਠੀਕ ਆ, ਪਰ ਨਾਂ ਭੁੱਲ ਗਿਆ ਜੀ ਹੁਣ। ਚਲੋ, ਜਿਹੜੇ ਆਉਂਦੇ ਉਹਨੇ ਕਿਤੇ ਦੱਸੋ ਉਹਨਾਂ ਦੇ ਨਾਂ। ਸਾਡੇ ਮੁਹੱਲੇ ਦੇ ਨਾਲ ਦਾ ਵੇਖੋ, ਸਾਡੇ ਕੰਧਾਂ ਸਾਂਝੀ ਨੇ ਬੜ ਕੇ। ਅੱਛਾ, ਖਜ਼ਾਨਾ ਖਜ਼ਾਨਾ, ਪਰਮਾਨੰਦ ਪਰਮਾਨੰਦ, ਬਾਕੀ ਹੋਰ ਕੀ ਕਹਿੰਦੇ ਹੈਗੇ, ਹੋਰ ਨਾ ਜੀ ਭੁੱਲ ਗਏ ਜੀ, ਯਾਦ ਨਹੀਂ। ਬਸ ਇਹ ਦੋ ਦਿਨ ਘਰ ਵੇਲੇ ਸਾਡੇ ਉਹ ਵੀ ਗੁਆਂਢੀ ਦੇ ਉਹ। ਅੱਛਾ, ਚਲੋ, ਇਹ ਉਹਨਾਂ ਦੇ ਨਾਂ ਸੀ ਜਿਹੜੇ ਉੱਥੇ ਹਿੰਦੂ ਰਹਿੰਦੇ ਸੀ। ਤੇ ਦੁਕਾਨਾਂ ਦੁਕਾਨਾਂ ਤੇ ਤੁਸੀਂ ਜਾਂਦੇ ਹੋਣੇ ਆ, ਦੁਕਾਨ ਤੋਂ ਉਹਨਾਂ ਕੋਲ ਟਾਫੀਆਂ, ਦੁਕਾਨਾਂ ਦੇ ਜਾਂਦਾ ਲਿਆ ਹਾਂ, ਦੁਕਾਨਾਂ ਦੇ ਫੁੱਲੀਆਂ ਫੁੱਲੀਆਂ ਟਾਫੀਆਂ ਲੈਣ ਜਾਂਦੇ ਹੋਣੇ ਆ, ਉਹ ਦੁਕਾਨਦਾਰਾਂ ਦੇ ਨਾਂ ਦੱਸੋ। ਹਾਂ, ਦੱਸਿਆ ਤਾਂ ਹੁਣ ਕਿ ਨਾਂ ਹੀ ਨਹੀਂ ਯਾਦ ਜਾਣਾ ਹੋਣਾ, ਹੁਣ ਬਹੁਤ ਸਮਝ ਲਿਆ ਵੀ ਹੁਣ ਮੁੱਦਤ ਦੀ ਗੱਲ ਹੈ, ਆਉਂਦਾ ਜਾਂਦਾ ਬੋਲਦਾ ਚੱਲਦਾ ਕਿਸੇ ਨਾਲ ਹੋਵੇ ਨਾ, ਫਿਰ ਹੁਣ ਅੱਲਾ ਜਾਂਦਾ ਸੁਣਨ ਨਾਲ ਚੇਤਾ ਕਿਸੇ ਦੇ ਯਾਰ, ਸ਼੍ਰੀ ਬਾਹਮਣ ਹੁੰਦਾ ਕਿ ਸਾਡੇ ਨਾਲ ਦੁਬਲਾਰ ਦੇ ਵੀ ਦੁਕਾਨ ਸੀ ਉਹਦੀ। ਅੱਛਾ, ਹੋਰ ਇੱਕ ਅਮਰ ਨਾਸਪੁਰ ਵਾਲੀ ਕਿਹਾ ਜਾ ਵੀ ਨਾਂ ਸਾ ਕੋਈ, ਹੋਰ ਬਹੁਤ ਸੇਬ ਸੇਬ ਬਾਜ਼ਾਰ ਤੇ ਸਮਝ ਲੱਗੀ, ਪਰ ਨਾਂ ਉੱਥੇ ਖੱਤਰੀ ਜਾਂ ਹਿੰਦੂ ਜ਼ਿਆਦਾ ਸੀ ਜਾਂ ਮੁਸਲਮਾਨ ਜ਼ਿਆਦਾ ਸੀ? ਤਕਰੀਬਨ ਮੁਸਲਮਾਨ ਦੀ ਆਬਾਦੀ ਜ਼ਿਆਦਾ ਸੀ, ਹਿੰਦੂਆਂ ਦੀ ਥੋੜ੍ਹੀ ਥੋੜ੍ਹਾ ਬਹੁਤ ਫਰਕ ਪਾ। ਅਤੇ ਜਿਹੜਾ ਪਿੰਡ ਦਾ ਕੋਈ ਮੁਸਲਮਾਨ ਸਿਰ ਕੱਢਵਾਂ ਸੀ ਵੱਡਾ ਚੌਧਰੀ ਟੈਪ, ਜਿਹਨੂੰ ਹੁਣ ਅਸੀਂ ਚੌਧਰੀ ਕਹਿੰਦੇ ਹਾਂ ਸਾਡੇ, ਉਹਦਾ ਨਾਂ ਕੀ ਸੀ? ਪਠਾਨ, ਪਠਾਨ ਹੋਵੇ ਜਾਂ ਕੋਈ ਹੋਵੇ, ਸਾਦਕ ਵਕੀਲ ਰੱਖਦਾ ਸਾਡੇ, ਸਾਦਕ ਵਕੀਲ ਸੀ। ਹਾਂ, ਵਕੀਲ ਵੀ ਸਾ, ਮੈਂਬਰ ਵੀ ਹੁੰਦਾ ਤਾ ਸਾਡੇ ਵੋਟਾਂ ਪੈਂਦੀਆਂ ਨੇ ਸ਼ਹਿਰ 'ਚ, ਦੋ ਹਿੰਦੂ ਮੈਂਬਰ ਹੁੰਦੇ ਤੇ ਦੋ ਮੁਸਲਮਾਨ ਹੁੰਦੇ ਤੇ, ਜਿਹੜੀਆਂ ਕਿਆ ਕਹਿੰਦੇ ਆ
ਵੋਟਾਂ ਪੈਂਦੀਆਂ ਨੇ, ਫਿਰ ਉਹ ਸਾਲ ਸਾਲ ਦੋ ਸਾਲ ਆਪਣਾ ਉਹ ਕੰਮ ਕਾਨੂੰਨ ਚਲਾਉਂਦੇ ਨੇ ਆਪਣੇ। ਅੱਛਾ, ਆਪਣੇ ਸਾਰਾ ਅਖਤਿਆਰਾਤ ਜਿਹੜੀਆਂ ਮਤਲਬ ਕਮੇਟੀ ਦੀ, ਸੱਚ ਕਮੇਟੀ ਦੇ ਚਾਰ ਮੈਂਬਰ ਦੇ, ਦੋ ਮੁਸਲਮਾਨ ਦੋ ਹਿੰਦੂ। ਜਿਹੜੀ ਉਹ ਬੇਗਮ ਸੀ ਤੁਸੀਂ ਉਹ ਦੱਸਦੇ ਸੀ ਜੀ, ਹਾਂਜੀ ਬੇਗਮ ਬੇਗਮ ਜੀਏ ਖਾਨ, ਉਹਦੇ ਬਾਰੇ ਜਾਣਦੇ ਹੋ ਤੁਸੀਂ? ਬੇਗਮ ਜੀਏ ਖਾਨ, ਹਾਂ ਬੇਗਮ ਜੀਏ ਖਾਨ ਸਾਡੇ ਮੁਹੱਲੇ ਦੀ ਤੇ ਉਹਦਾ ਦੱਸੋ ਨਾ, ਉਹ ਕੌਣ ਸੀ? ਉਹ ਪਠਾਣੀ ਦੀ। ਅੱਛਾ, ਉਹ ਪਿੰਡ ਦੇ ਮਤਲਬ ਸਾਡੇ ਨਾਲ, ਦੇਖੋ ਜੀ ਸਾਡੇ ਸਾਡੇ ਮਕਾਨ ਦੇ ਪਿਛਲੇ ਪਾਸੇ ਉਹਨਾਂ ਦੇ ਜਿਹੜਾ ਪਹਿਲਾਂ ਪੁਰਾਣਾ ਮਕਾਨ ਸੀ ਉਹਦਾ ਦੱਸੋ ਨਾ ਉਹਦੀ ਗੱਲ ਬਾਤ। ਉੱਥੇ ਉਹਨਾਂ ਦਾ ਉਹਦਾ ਗੇਟਾ ਮਕਾਨ ਦੇ ਸਾਰੇ ਪਿਛਲੇ ਪਾਸੇ, ਬਾਕੀ ਇੱਕ ਹੋਰ ਹੁਣ ਉਹਨਾਂ ਨੇ ਕੋਠੀ ਬਣਾਈ ਦੀ ਚਾਰ ਕਿੱਲੇ ਬਾਹਰ ਲੈ ਕੇ ਅਸੈਸ਼ਨ ਦੇ ਨਾਲ, ਉਹ ਬੜੀ ਵੱਡੀ ਕੋਠੀ ਬਣਾਈ ਦੀ ਸ਼ਹਿਨਸ਼ਾਹੀ ਕੋਠੀ, ਉਹਦੇ ਵਿੱਚ ਉਹ ਸਵੇਰੇ ਬੁਰਖੇ 'ਚ ਆਉਣਾ ਅੰਦਰ ਆਪਣੇ ਮਕਾਨ ਨੂੰ ਵੜਦੇ, ਦੋ ਬੈਲਾਂ ਵਾਲੀ ਗੱਡੀ ਬਣਾਈ ਦੀ ਦੇਖੇ ਝੁੰਮਣ ਪਾ ਲੈਂਦੇ ਸੀ ਨੰਬਰ, ਉਹਦੇ ਵਿੱਚ ਬੈਠਣਾ ਕੋਠੀ ਚਲੀ ਜਾਣਾ ਸਵੇਰੇ, ਉੱਥੇ ਤੇ ਸ਼ਾਮ ਨੂੰ ਉੱਠ ਆਉਣਾ ਕੋਠੀ ਗੱਡੀ 'ਚ ਬੈਠ ਕੇ ਦਰ ਗੇਟ ਨਾਲ ਦਰਵਾਜ਼ੇ ਦੇ ਗੇਟ ਵੱਲ ਲਾ ਕੇ ਉਹਦੇ 'ਚ ਉੱਤਰ ਕੇ ਅੰਦਰ ਵੜ ਜਾਣਾ। ਹੋਰ ਸਾਡਾ ਉਹਨਾਂ ਨਾਲ ਕੋਈ ਆਉਣਾ ਜਾਣਾ ਵਿੱਚ ਅੰਦਰ ਨਹੀਂ, ਅਸੀਂ ਜਾਂਦੇ ਪੜ੍ਹਦੇ ਤੇ ਉਹਨਾਂ ਦੇ ਸਾਰਿਆਂ ਦੇ ਘਰਾਂ 'ਚ ਪਠਾਣਾ ਦੇ। ਅੱਛਾ ਚਲੋ, ਹੁਣ ਆਪਾਂ ਚੱਲਦੇ ਹਾਂ 1947 ਵੱਲ। ਹਾਂਜੀ, 1947 'ਚ ਫਿਰ ਤੁਸੀਂ ਕਿਵੇਂ ਉੱਥੋਂ ਉੱਠੇ, ਕਾਹਦੇ 'ਤੇ ਪਾਕਿਸਤਾਨ ਪਹੁੰਚੇ, ਸਾਰੀ ਗੱਲ ਸੁਣਾਓ ਤੁਸੀਂ। ਅਸੀਂ ਜੀ ਚਲ ਮੈਂ ਪਹੁੰਚਿਆ, ਮੈਂ ਕੋਈ ਮੁਖਤਲਿਫ ਹਿਸਾਬ 'ਚ ਪਹੁੰਚਿਆ। ਅਸੀਂ ਆਏ ਹਾਂ ਇੱਕ ਸਾਡੇ ਮੁਹੱਲੇ 'ਚ ਲੈ ਗਿਆ ਦਾ ਮੁਸਲਮਾਨ ਸਾਡੇ ਬਰਾਦਰੀ ਦਾ ਮੁੰਡਾ ਫੌਜੀ ਜੀ, ਉਹ ਆਪਣੇ ਫੌਜ 'ਚ ਗਿਆ, ਉਸੇ ਵੀ ਮੇਰੇ ਘਰ ਦੇ ਬਾਲ ਬੱਚਾ ਮੇਰਾ ਉਸ ਮੁਹੱਲੇ ਵਾਲਾ ਬੈਠਾ, ਉਹਨੂੰ ਲਿਆਉਣਾ ਮੈਂ ਕੱਢ ਗਏ। ਉਹ ਲਾਹੌਰ 'ਤੇ ਗੱਡੀ ਲੈ ਗਿਆ, ਪੰਜ ਚਾਰ ਸਿਪਾਹੀ ਵੀ ਦੇ, ਉਹ ਜਾ ਕੇ ਉਹਨੇ ਆਪਣੇ ਘਰ ਦੇ ਬਿਠਾਏ, ਉਹਨੇ ਆਪਣੇ ਮੁਹੱਲੇ ਘਰ ਦੇ ਬਿਠਾਏ, ਮੁੜ ਕੇ ਫਿਰ ਸਾਡੇ ਨਾਲ ਸਲ ਗੱਛੇ 'ਤੇ ਸਾਡੇ ਘਰਾਂ 'ਚ ਗਿਆ, ਦੋ ਘਰਾਂ 'ਚ ਮੇਰੇ ਬੁੜਿਆਂ ਨੂੰ ਸਾਰਿਆਂ ਨੂੰ ਕਹਿੰਦਾ ਵੀ ਆਪਣੇ ਬੱਚਿਆਂ ਨੂੰ ਭੇਜ ਦਿਓ। ਅੱਛਾ, ਸਾਰੇ ਨਹੀਂ ਆਪਣੇ ਬੱਚਿਆਂ ਨੂੰ ਭੇਜ ਦਿਓ, ਮੇਰੇ ਵਾਲਦ ਨੇ ਮੈਨੂੰ, ਮੈਂ ਗੱਭਰੂ ਦਾ ਛੋਟਾ ਜਿਹਾ ਭਾਈ ਮੇਰਾ ਛੋਟਾ ਜਿਹਾ 7-8 ਸਾਲ ਦਾ, ਹਾਂਜੀ ਉਹ ਮੈਨੂੰ ਮੇਰੇ ਪਿਓ ਨੇ ਕਿਹਾ ਵੀ ਨਾਲ ਲੈ ਜਾ, ਮੈਨੇ ਜਿੰਦੇ ਰਹੇ ਅਸੀਂ ਵੀ ਆ ਜਾਏਗੇ, ਮੈਂ ਤਾਂ ਸਮਝਦਾ ਵੀ ਤੁਸੀਂ ਸਾਡੇ ਨਿਕਲ ਜਾਏਗਾ। ਯਾਨੀ ਸਾਰੀ ਫੈਮਿਲੀ ਤੁਹਾਡਾ ਖਾਨਦਾਨ ਇਕੱਠਾ ਨਹੀਂ ਆਇਆ? ਨਾ ਨਾ ਨਾ, ਤੁਹਾਨੂੰ ਉਹ ਫੌਜੀ ਜਿਹੜਾ ਸੀ ਉਹ ਲੈ ਕੇ ਆਇਆ, ਲੈ ਕੇ ਆ ਗਿਆ ਸਾਨੂੰ ਲੁਧਿਆਣੇ ਆ ਕੇ, ਉਹਨੇ ਕੈਂਪ 'ਚ ਛੱਡ ਤਾ। ਅੱਛਾ, ਲੁਧਿਆਣੇ ਅਸੀਂ ਰਹੇ ਕੈਂਪ 'ਚ 2 ਦਿਨ। ਠੀਕ ਆ, ਤੀਸਰੇ ਦਿਨ ਗੱਡੀ ਲੱਗੀ। ਅੱਛਾ, ਮਾਲ ਗੱਡੀ ਜੀ ਜੀ ਮਾਲ, ਅਸੀਂ ਉਹਦੇ ਵਿੱਚ ਬੈਠ ਕੇ ਅਸੀਂ ਅੰਮ੍ਰਿਤਸਰ ਆ ਕੇ ਲਾਹੌਰ ਆ ਕੇ ਉਤਰ ਗਏ 3 ਦਿਨ। ਅੱਛਾ, ਇੱਧਰ ਫਿਰ ਅਸੀਂ ਫਿਰਦੇ ਤੁਰਦੇ ਰਹੇ, ਕੋਈ ਕਿਧਰੇ ਕਦੀ ਕਿਧਰੇ, ਯਾਨੀ ਮੇਰੇ ਦਾਦੇ ਨੇ ਕਿਹਾ ਮੈਨੂੰ ਵੀ ਤੂੰ 39 ਪਹੁੰਚੀ। ਅੱਛਾ, ਇੱਥੇ ਇੱਕ ਰਿਸ਼ਤੇਦਾਰ ਸਾਡਾ ਰਹਿੰਦਾ ਸੀ ਪਹਿਲੇ ਤੋਂ। ਹਾਂ, 39 ਦੇ ਵਿੱਚ ਪਹਿਲੇ ਤੋਂ ਤੁਹਾਡਾ ਰਿਸ਼ਤੇਦਾਰ ਸੀ, ਤੁਹਾਡੇ ਜ਼ਿਹਨ 'ਚ ਸੀ ਵੀ ਉਹਦੇ ਕੋਲ ਅਸੀਂ ਜਾਣਾ? ਹਾਂ, ਯਾਨੀ ਮੇਰੇ ਦਾਦੇ ਨੇ ਕਿਹਾ ਵੀ ਜਾ ਕੇ ਉੱਥੇ ਬਾਬਾ ਪਹੁੰਚੀ 39। ਠੀਕ, ਉਹਨੇ ਨਾ ਮੈਨੂੰ ਕੋਈ ਜ਼ਿਲ੍ਹਾ ਦੱਸਿਆ, ਨਾ ਕੋਈ ਤਹਿਸੀਲ ਦੱਸੀ, ਬਸ 39 ਹੱਦ ਦਾ। ਠੀਕ, ਮੈਂ ਆ ਗਈ ਇੱਧਰ ਲਾਹੌਰ, ਅਸੀਂ ਰਹੇ 2-3 ਦਿਨ। ਠੀਕ ਆ, ਕਿਸੇ ਪਾਸੇ ਕੰਪ ਕੁੰਪ ਬੈਠੇ, ਕਿਸੇ ਦਾ ਖੁਰਾਕ ਨਹੀਂ ਲਈ ਅਸੀਂ, ਕਿਸੇ ਦੀ ਕੋਈ ਚੀਜ਼ ਨਹੀਂ ਲਈ ਕੰਪ 'ਚ ਜੀ ਜੀ। ਅਤੇ ਦੋਵੇਂ ਭਾਈ ਦੇ, ਮੈਂ ਤਾਂ ਛੋਟਾ ਇੰਨਾ ਦਾ, ਅਸੀਂ ਆਪਣੇ ਜਾਣਾ ਹੋਟਲ ਦੇ, ਪੈਸੇ ਸਾਡੇ ਕੋਲ ਸੀ ਜੀ, ਰੋਟੀ ਖਾ ਲਈ, ਰੋਟੀ ਖਾ ਕੇ ਆਪਣੇ ਅੰਦਰ ਵੱਲਦੇ ਫਿਰਦੇ ਰਹੇ, ਪਤਾ ਕਰਦੇ ਰਹੇ ਵੀ ਕੋਈ ਬੰਦਾ। ਅਸੀਂ ਜਨਾਬ ਫਿਰ ਲਾਹੌਰ 'ਚ ਨਿਕਲੇ, ਅਸੀਂ ਬੈਠੇ ਬੱਸ 'ਚ, ਗੱਡੀ ਗੁਜਰਾਂ ਵਾਲੇ ਚਲੇ ਗਏ। ਅੱਛਾ, ਗੁਜਰਾਂ ਵਾਲੇ ਅਸੀਂ ਕਰਾਤ ਕੀਤੀ, ਉੱਥੇ ਵੀ ਕੋਈ ਨਹੀਂ ਸਾਡਾ ਸੁਣਿਆ ਸੁਣਿਆ ਕਿਸੇ ਨੇ, ਉੱਥੇ ਤੇ ਰਾਤ ਕੱਟ ਕੇ 2 ਦਿਨ ਚਲੇ ਗਏ ਵਜ਼ੀਰਾਬਾਦ ਸਟੇਸ਼ਨ 'ਤੇ ਜੀ। ਸਟੇਸ਼ਨ 'ਤੇ ਗੱਡੀ ਬੈਠੇ ਅਸੀਂ, ਬੈਠੇ ਅਸੀਂ ਫੈਸਲਾਬਾਦ ਆ ਗਏ। ਠੀਕ ਆ, ਇੱਥੇ ਆ ਕੇ ਮੈਂ ਜਨਾਬ ਉਹਨੇ ਫਿਰਦਾ ਤੁਰਦਾ ਲਿਆ, ਸਟੇਸ਼ਨ ਦੇ ਲਾਗੇ ਲਾਗੇ ਫਿਰਦਾ, ਪੁੱਛਣਾ ਵੀ ਕਿਸੇ ਨੂੰ 39 ਕਿਸੇ, ਕੋਈ ਕਿਸੇ ਨੇ ਦੱਸਿਆ। ਫਿਰ ਮੈਂ ਉੱਥੇ ਤੇ ਬੈਠਿਆ, ਜੜਾਂ ਵਾਲੇ ਚਲੇ ਜਾ ਕੇ ਬੱਸ 'ਚ ਬੈਠ ਕੇ, ਆਪਣੇ ਮਿਲਣ ਵਾਲੇ ਸਥਾਨ 'ਤੇ ਕੰਪ ਲੱਗਿਆ ਵਾ ਹਿੰਦੂਆਂ ਦਾ, ਇਹਦੇ ਕੰਪ 'ਚ ਲੱਗ ਕੇ ਆਪਣੇ ਜੜਾਂ ਵਾਲੇ ਚਲੇ ਜਾ, ਉੱਥੇ ਫਿਰਦੇ ਤੁਰਦੇ ਰਹੇ ਅਸੀਂ। ਉੱਥੇ ਜਾਈ ਲਿਆਈ, ਫਿਰ ਕੋਈ ਪਤਾ ਨਹੀਂ ਲੱਗਿਆ, ਟਾਂਗਿਆਂ ਟੂੰਗਿਆਂ ਵਾਲਿਆਂ ਨੂੰ ਪੁੱਛਿਆ ਵੀ 39 ਕਿੰਨੇ ਦਾ, 39 ਕਿੰਨੇ ਦਾ, ਹਾਂਜੀ ਕਿੱਕ ਨੇ ਦੱਸਿਆ, ਉਹ ਕਹਿੰਦਾ 39 ਹੈਗੀ ਆ,
ਪਰ ਉਹਦੇ ਵਿੱਚ ਮੈਂ ਕਿਹਾ ਵੀ ਇਸਲਾਮ ਦਾ ਗੁਰਮੁਖ ਦਾ ਕਹਿੰਦੇ ਨਹੀਂ, ਮੈਂ ਕਿਹਾ ਵੀ ਇੱਥੇ ਨਹੀਂ ਜਾਣਾ। ਅੱਛਾ, ਫਿਰ ਮੈਂ ਜਾ ਕੇ ਟੇਸ਼ਨ 'ਤੇ ਬੈਠ ਗਿਆ ਰਾਤ ਨੂੰ, ਸ਼ਾਮ ਨੂੰ ਜੜਾ ਵਾਲੇ ਟੇਸ਼ਨ, ਮਤਲਬ ਲਾਹੌਰ ਚੱਲਦੇ ਹਾਂ, ਉੱਥੇ ਕਿਸੇ ਨੂੰ ਪੁੱਛਾਂਗੇ ਪਤਾ ਲੱਗ ਜੂਗਾ, ਕੋਈ ਨਾ ਲਾਹੌਰ ਪਠਾਨ ਪਠਾਨ ਰਹਿੰਦੇ ਤੇ ਸਾਡੇ ਪਹਿਲੇ ਵੀ ਮਾਲੇ ਦੇ ਸਾਡੇ। ਖੈਰ ਜੜਾਂ ਵਾਲੇ ਟੇਸ਼ਨ ਰਾਤ ਕੱਟੀ ਸੀ, ਮੈਂ ਸਵੇਰ ਨੂੰ ਸਵੇਰੀ ਉੱਠ ਕੇ ਗੱਡੀ ਆਊਗੀ ਬੈਠ ਜਾਣ, ਕਿਰਾਇਆ ਕੁਰਾ ਕੋਈ ਨਹੀਂ ਥੱਲੇ ਦਿੰਦੇ, ਗੱਡੀਆਂ ਵਾਲੇ ਕਿਰਾਇਆ ਨਹੀਂ ਸੀ ਲੈਂਦੇ, ਨਾ ਗੱਡੀਆਂ ਵਾਲੇ ਕੋਈ ਕਿਰਾਇਆ ਨਹੀਂ। ਅੱਛਾ, ਅਸੀਂ ਜਨਾਬ ਅਸੀਂ ਉੱਠੇ ਨਿਕਲੇ, ਅਸੀਂ ਸੋਚਿਆ ਵੀ ਬਾਹਰ ਸਟੇਸ਼ਨ ਦੇ ਆਲੇ ਦੁਆਲੇ ਫਿਰਦੇ ਰਹੇ, ਫਿਰ ਜਿਸ ਸਟੇਸ਼ਨ ਦੇ ਵਿੱਚ ਬੰਦਿਆਂ ਦਾ ਮੇਲਾ ਹੀ ਹੁੰਦਾ ਉਸ ਬਾਅਦ, ਜਿਸ ਤਰ੍ਹਾਂ ਮੇਲਾ ਹੁੰਦਾ ਆਹੀ ਸ਼ਕਲ ਹੁੰਦੀ ਸੀ ਸਾਰੀ ਸਟੇਸ਼ਨ ਵਾਲੀ, ਇੱਕ ਦੂਏ ਨੂੰ ਫਿਰਦੇ ਪੁੱਛਦੇ ਆ, ਜਿਹੜਾ ਕੋਈ ਹੁੰਦਾ ਕਿਹੜਾ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਕਿਹੜਾ ਜ਼ਿਲ੍ਹਾ, ਹਰ ਇੱਕ ਬੰਦਾ ਇੱਕ ਦੂਏ ਨੂੰ ਪੁੱਛਦਾ, ਜ਼ਿਲ੍ਹੇ ਦਾ ਪੁੱਛਦੇ ਸੀ, ਹਾਂ ਜ਼ਿਲ੍ਹੇ ਦਾ। ਹਾਂਜੀ, ਮੈਨੂੰ ਇੱਕ ਬੰਦੇ ਨੇ ਆ ਕੇ ਪੁੱਛਿਆ, ਬਾਬਾ ਤੇਰਾ ਭਾਈ ਕਿਹੜਾ ਜ਼ਿਲ੍ਹਾ, ਮੈਂ ਰਿਆਸਪਿਟ ਵਾਲਾ, ਕਿਹੜਾ ਪਿੰਡ ਬਸੀ, ਕੌਣ ਮਤਲਬ ਤੇਲੀ, ਬਾਪ ਦਾ ਨਾਂ ਮੈਂ ਬਾਗੇ ਤੇਲੀ, ਉਹ ਸਾਡਾ ਕੋਈ ਬਾਗੁਤਾ ਮਾੜਾ ਮੋਟਾ ਨਾਂ ਦਾ, ਉਹਦਾ ਸ਼ਕਲ ਸ਼ੁਕਲ ਤਾਂ ਕੋਈ ਨਹੀਂ, ਉਹ ਕਹਿੰਦਾ ਬਾਬਾ ਇੱਥੇ ਹੀ ਖੜੀ ਭਾਈ, ਮੈਂ ਆਪਣੇ ਭਾਈ ਨੂੰ ਬੁਲਾ ਕੇ ਲਿਆਉਂਦਾ। ਅੱਛਾ, ਉਹ ਸਟੇਸ਼ਨ 'ਤੇ ਫਿਰਦਾ, ਉਹਦਾ ਭਾਈ ਵੀ ਫਿਰਦਾ ਤਾ, ਉਹਨੇ ਲੱਭ ਕੇ ਲੈ ਕੇ ਆ ਗਿਆ, ਉਹਨੇ ਸਰ ਨੇ ਆ ਕੇ ਮੈਨੂੰ ਪੁੱਛਿਆ ਕੌਣ ਕਿੱਥੇ ਨੇ ਬਾਪ ਦਾ ਨਾਂ, ਮੈਂ ਉਹਨੂੰ ਦੱਸਿਆ, ਮੈਂ ਉਹਨੂੰ ਪੁੱਛਿਆ, ਫਿਰ ਉਹਨੇ ਮੈਨੂੰ ਦੱਸਿਆ ਵੀ ਅਸੀਂ ਪਿਓ ਦਾ ਮੇਰਾ ਨਾਂ ਸ਼ੇਰੂ ਹੈ, ਅਸੀਂ ਆਨੰਦਪੁਰ ਦੇ ਹਾਂ ਪਿੱਛੇ ਦੇ। ਅੱਛਾ, ਅਸੀਂ ਪਤਾ ਤੇਈ ਚੱਕ, ਮੈਨੂੰ ਪਤਾ ਸੀ ਮੇਰੇ ਸ਼ੇਰੂ, ਮੈਂ ਜਵਾਨ ਦਾ ਕਿਹੜਾ ਬਸਾਉਂਦਾ ਸੀ, ਆਉਂਦਾ ਦਿੰਦਾ ਜਾਂਦਾ ਰਹਿੰਦਾ ਤਾ, ਮੈਂ ਕਿਹਾ ਵੀ ਫਿਰ ਠੀਕ ਹੈ, ਮੈਨੂੰ ਕਹਿੰਦਾ ਚੱਲ ਸਾਡੇ ਨਾਲ, ਅਸੀਂ ਫਿਰ ਪਾਸੇ ਨਾਲ ਹੀ ਤੇਈ ਜਲਾਂ ਪਹਿਲਾਂ ਟੇਸ਼ਨ ਉਹੀ ਤਾ, ਗੱਡੀ ਬੈਠੇ ਚੱਲੇ ਗਈ ਸਹੀ, ਉਹਦੇ ਕੋਲ ਰਹੇ ਪੰਜ ਚਾਰ ਦਿਨ, ਮੈਂ ਉਹਨੂੰ ਕਿਹਾ ਵੀ ਮੈਂ ਜਾਣਾ ਅੰਤਾਲੀ ਚੱਕ, ਕਹਿੰਦਾ ਪਹੁੰਚਾ ਦੇਣਗੇ, ਬਸ ਫਿਰ ਉਹਨੇ ਭਾਈ ਸਾਨੂੰ ਕੋਈ ਹੋਰ ਇੱਕ ਬੰਦਾ ਉਸੇ ਪਿੰਡ 'ਚ, ਉਹ ਕਹਿੰਦਾ ਵੀ ਮੈਂ ਵੀ ਅੰਤਾਲੀ ਜਾਣਾ, ਉਹ ਵੀ ਉੱਧਰ ਦੇ ਆਇਆ ਉਹਦਾ ਹਿੰਦੁਸਤਾਨ ਸੀ। ਅੱਛਾ, ਉਹ ਫਿਰ ਸਾਨੂੰ 3-4 ਦਿਨ ਬਾਅਦ ਇਕੱਠੇ ਸਾਨੂੰ ਸਵੇਰ ਦੀ ਰੋਟੀ ਪਾਣੀ ਖਵਾ ਕੇ ਸਾਨੂੰ ਦੱਸ ਦਿੰਦਾ ਫਲਾਣਾ ਪਿੰਡ ਆਊ, ਫਲਾਣਾ ਪਿੰਡ ਆਊ, ਆਹ ਫਲਾਣਾ ਪਿੰਡ ਆਊ, ਫਿਰ ਅੱਗੇ ਅੰਤਾਲੀ ਆਊ। ਠੀਕ ਆ, ਅਸੀਂ ਕਰਕੇ ਯਾਦ ਚੱਲ ਪਏ ਸਵੇਰੀ, ਅਸੀਂ ਪਿਛਲੇ ਸ਼ਾਮ ਦੇ ਟਾਈਮ ਅਸੀਂ ਇੱਥੇ ਆ ਗਏ। ਨਾਲ ਤੁਹਾਡਾ ਭਾਈ ਸੀ? ਨਾਲ ਮੇਰੇ ਭਾਈ ਦਾ ਨਾਲ ਮੇਰਾ ਇੱਕ ਹੋਰ ਬੰਦਾ ਦਾ। ਭਾਈ ਦਾ ਨਾਂ ਕੀ ਸੀ? ਉਹਦਾ ਨਾਂ ਬਲਕਤ, ਉਹਦਾ ਨਾਂ ਤਾਂ ਬਲਕਤ ਆ, ਅਲੀ ਮੁਹੰਮਦ ਬਲਕਤ ਆ, ਤੁਹਾਨੂੰ ਫੌਜੀ ਨੇ ਉੱਥੋਂ ਗੱਡੀ ਤੇ ਬਿਠਾ ਤਾ ਨਾ, ਲਾਤਾ, ਤੇ ਜਿਹੜੇ ਬਾਕੀ ਤੁਹਾਡੇ ਬਜ਼ੁਰਗ ਸੀ, ਵੱਡੇ ਸੀ, ਤੁਹਾਡੀ ਫੈਮਿਲੀ ਸੀ, ਉਹ ਫਿਰ ਕਿਵੇਂ ਆਏ? ਕੋਈ ਉਹ ਆਇਆ ਜੀ, ਫਿਰ ਬਾਅਦ ਵਿੱਚ ਸਾਰਾ ਸ਼ਹਿਰ ਹੀ ਬਾਹਰ ਆਇਆ, ਮੈਂ ਉਸ ਵੱਲ ਦਾ ਸੀ ਆਏ 2-3 ਦਿਨ। ਅੱਛਾ, ਨਹੀਂ ਉਹ ਬਾਅਦ 'ਚ ਉਹ ਵੀ ਸਹੀ ਸਲਾਮਤ ਆ ਗਏ? ਹਾਂਜੀ ਆ ਗਏ ਸਹੀ ਸਲਾਮਤ, ਬਾਕੀ ਸਾਡੇ ਸਟੇਸ਼ਨ ਵੀ ਥਾਲ ਨਾਲ, ਸਟੇਸ਼ਨ ਪਰ ਉੱਥੇ ਗੱਡੀ ਨਹੀਂ ਲਾਈ। ਅੱਛਾ, ਉੱਥੇ ਉਹਨਾਂ ਨੇ ਕਿਹਾ ਵੀ ਇਹ ਗੱਡੀ ਲਾ ਚੜਾਇਆ ਇੱਥੋਂ, ਉਹਦੇ ਸਮਾਨ ਚੱਕਣਗੇ ਲੋਕ, ਸਣਾ ਦੇ ਸਟੇਸ਼ਨ 'ਤੇ ਜਾ ਕੇ ਬਿਠਾਇਆ। ਅੱਛਾ, ਸਰੰਦ ਸਟੇਸ਼ਨ ਦੇ ਤੋੜ ਕੇ ਲੈ ਗਏ 4-5 ਮੀਲ ਤੋੜ ਕੇ ਲਿਜਾ ਕੇ ਸੜਕ, ਫਿਰ ਉੱਥੇ ਸਟੇਸ਼ਨ ਪਰ ਗੱਡੀ ਲਾਇਆ, ਯਾਨੀ ਕੋਈ ਰਸਤੇ 'ਚ ਕੋਈ ਗੜਬੜ ਨਹੀਂ ਹੋਈ, ਸ਼ਰੀਏ ਨਾਲ ਲਾਹੌਰ ਆ ਗਿਆ। ਅੱਛਾ, ਲਾਹੌਰ ਆ ਗਿਆ, ਅਤੇ ਜਿਹੜਾ ਤੁਹਾਡੇ ਬਾਕੀ ਮਤਲਬ ਤੁਹਾਡੇ ਪਿੰਡ ਦੇ ਉੱਥੇ ਰਹਿੰਦੇ ਸੀ ਬਸੀ ਦੇ ਵਿੱਚ, ਉਹ ਸਾਰੇ ਫਿਰ ਇੱਥੇ ਹੀ ਆਏ 39 ਦੇ ਵਿੱਚ ਹੀ? ਹਾਂਜੀ, ਮੁਕਤਸਰੀ ਪਾਸੇ ਨਹੀਂ, ਅਸੀਂ ਤਾਂ ਸਾਡੇ ਤਾਂ ਬਜ਼ੁਰਗ ਮੇਲੇ ਦੇਣੇ, ਇਹਨਾਂ ਦੇ ਗੱਡੀ ਲਾਹੌਰ ਉਤਰ ਕੇ ਨਾ ਜਿਆ, ਇਹਨਾਂ ਨੇ ਦੇਰ ਨਹੀਂ ਕਰੀ, ਇੱਥੇ ਟਰੱਕ ਕਰਿਆ ਕਿਰਾਏ ਪਰ, ਉਹ ਆਪਣੇ ਜੀਆ ਜਾਂਦੇ ਜਿਹੜੇ ਹੋਰ ਨਾਲ ਬਿਠਾਏ, ਇੱਥੇ ਜਿਹੜਾ ਆ ਗਏ।
अच्छा जलां वाले उतर के आ गए, इन्होंने जलां वाले उतर के रेड़ी खो बल्ल रेड़ी होंगी दो बल्लां रेड़ी बड़ी बड़ी चल दिया रेड़ियां ओहदे पर अपने रखे जेहड़े होर नाल दे सारे आने वाले जेहड़े इत्थे जी जी ओहदे बिठा के इत्थे सताने आ गए उस वेले। अच्छा असीं अच्छा पिंड च आ गए, ओह पिंड जिहड़ा रिश्तेदार था साडा ओहदे रहिंदे चार पंज दिन ओहदे रहिंदे, उस तों बाद असीं गए भई अपने घर घुर वेहले पए ते इकट्ठे खाली ਚੌਧਰੀ ਟੈਪ ਬੰਦਾ ਸੀ ਸਾਧਕ ਨਾਂ ਦੱਸਿਆ ਸੀ ਸਾਧਕ ਵਕੀਲ ਸਾਧਕ ਵਕੀਲ ਉਹ ਵੀ ਪਾਕਿਸਤਾਨ ਆਇਆ ਹੋਣਾ ਉਹ ਵੀ ਇੱਧਰ ਆ ਗਿਆ ਹੋਣਾ ਉਹ ਕਿੱਥੇ ਰਹਿੰਦੇ ਆ ਉਹ ਲੈ ਜਾਣਗੇ ਸਾਨੂੰ ਨਹੀਂ ਪਤਾ ਉਹ ਤਾਂ ਸ਼ਹਿਰ ਸਾਰਾ ਸ਼ਹਿਰ ਪਿੱਛੇ ਤੇ ਆ ਸਾਥ ਅਸੀਂ ਪਹਿਲਾਂ ਆ ਗਏ। ਅੱਛਾ ਬਾਕੀ ਜਿਹੜੇ ਬਾਕੀ ਤਕਰੀਬਨ ਮੈਨੂੰ ਇਹ ਪਤਾ ਵੀ ਗੁਜਰਾਤ ਦੇ ਇਲਾਕੇ 'ਚ ਨਿਕਲ ਗਏ ਗੁਜਰਾਤ ਦੇ ਇਲਾਕੇ 'ਚ ਉਹ ਜਿਹੜੀ ਬੀਬੀ ਸੀ ਬੀਬੀ ਸੀ ਜਿਹੜੀ ਉਹ ਦੀਦੀ ਉਹ ਅੱਲਾ ਜਾਣੇ ਜੀ ਸਾਨੂੰ ਨਹੀਂ ਪਤਾ। ਅੱਛਾ ਉਹਦਾ ਨਹੀਂ ਪਤਾ ਕਿੱਧਰ ਨਹੀਂ ਗਏ ਤੇ ਪਠਾਨ ਜਾਣੇ ਤਕਰੀਬਨ ਪਠਾਨ ਲਾਹੌਰ ਜਾਂ ਗੁਜਰਾਤ ਸ਼ਹਿਰਾਂ ਦੇ ਵਿੱਚ ਉਹ ਬੜੇ ਬੜੇ ਲੈਨ ਲਾਰਡ ਸੇ ਪਠਾਨ ਜੀ ਇੱਧਰ ਉੱਥੇ ਮਾੜੇ ਮੋਟੇ ਬਹੁਤ ਲੈਨ ਲਾਰਡ ਮੁਰੱਬਿਆਂ ਦੇ ਮਾਲਕ ਪਿੰਡਾਂ ਦੇ ਮਾਲਕ ਬੇਬ ਸਾਹਿਬ ਸਰਮਾਏਦਾਰ ਬਹੁਤ। ਅੱਛਾ ਅੱਛਾ ਮੇਰੇ ਖਿਆਲ ਮਲਤਾਨ ਵੀ ਹੈ ਸੀ ਇੱਕ ਦੋ ਘਰ ਉਹਨਾਂ ਨੇ ਸੈਨਮਾ ਲਾਟ ਕਰਾਇਆ ਬਸ। ਅੱਛਾ ਅੱਛਾ ਸਹੀ ਅਤੇ ਦੁਬਾਰਾ ਨਹੀਂ 47 ਤੋਂ ਬਾਅਦ ਦੁਬਾਰਾ ਨਹੀਂ ਤੁਹਾਡਾ ਉੱਧਰ ਚੱਕਰ ਲੱਗਾ ਬਸ ਜੀ ਮੇਰਾ ਕੋਈ ਚੱਕਰ ਨਹੀਂ ਦਿਲ ਕਰਦਾ ਜਾਣ ਨੂੰ ਨਾ ਜੀ ਹੁਣ ਜਾਣਾ ਕਿਹਦੇ ਪਾਸ ਸਾਡੇ ਰਿਸ਼ਤੇਦਾਰ ਵੀ ਨਹੀਂ ਉੱਧਰ ਕੋਈ ਰਹੇ ਸਾਰੇ ਆ ਗਏ ਕਿਸੇ ਦੇ ਰਿਸ਼ਤੇਦਾਰ ਰਹਿੰਦੇ ਹੁੰਦੇ ਨਾ ਹਾਂਜੀ ਉਹ ਕੋਈ ਉਹਨਾਂ ਦਾ ਹੁੰਦਾ ਸਮਝਣਾ ਵੀ ਆਪਣੇ ਰਿਸ਼ਤੇਦਾਰ ਨੂੰ ਮਿਲ ਕੇ ਆਈਏ। ਅੱਛਾ ਸਾਡੇ ਰਿਸ਼ਤੇਦਾਰ ਤਕਰੀਬਨ ਸਾਰੇ ਆ ਗਏ ਨਹੀਂ ਉਹ ਤੇ ਆ ਗਏ ਫਿਰ ਵੀ ਤੁਸੀਂ 20-22 ਸਾਲ ਗੁਜ਼ਾਰੇ ਸੀ ਉੱਥੇ ਹਾਂਜੀ ਗੁਜ਼ਾਰੇ ਤੇ ਜਿਹੜੇ ਇਲਾਕੇ 'ਚ ਬੰਦਾ ਪੈਦਾ ਹੋਇਆ ਹੋਵੇ ਜੰਮਿਆ ਹੋਵੇ ਆਪਣੀ ਜੰਮਣ ਭਾਵੇਂ ਵੇਖਣ ਨੂੰ ਦਿਲ ਤੇ ਕਰਦਾ ਉਹ ਕਰਦਾ ਜੀ ਗੱਲ ਬਸ ਆਹੀ ਦੇਖੀਦਾ ਵੀ ਹੁਣ ਇੱਥੇ ਜਾਈਏ ਕਿਹਦੇ ਕੋਲ ਰਹੇ ਕਿਹਨੂੰ ਕੋਲ ਸਜਾ ਕੇ ਨਹੀਂ ਤੇ ਜਿਹੜੇ ਜਿਹੜੇ ਮਤਲਬ ਤੁਹਾਡੇ ਯਾਰ ਬੇਲੀ ਸੀ ਹਿੰਦੂ ਸੀ ਉਹਨਾਂ ਨਾਲ ਤੁਹਾਡੇ ਤਲਕਾ ਠੀਕ ਸੀ ਬਸ ਇਹੀ ਤਾਂ ਜਵਾਨੀ ਕਲਾਮੀ ਬਾਕੀ ਹੋਰ ਖਾਣ ਪੀਣ ਦਾ ਸਾਡੇ ਕੋਈ ਤਲਕਾ ਨਹੀਂ। ਅੱਛਾ ਚਲੋ ਸਹੀ ਆ ਚਲੋ ਠੀਕ ਆ ਜੀ ਲਓ ਜੀ ਅਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ ਤੇ ਫਿਰ ਮਿਲਾਂਗੇ ਨਵੀਂ ਸਟੋਰੀ ਦੇ ਨਾਲ ਚਲੋ ਅੱਲਾ ਹਾਫਿਜ਼।